ਉਹ ਤਾਂ ਅੱਬੂ ਕਹਿ ਰਿਹਾ ਬੇਟਾ ਲਾਸ਼ ਭਰੀ ਆ ਟੀ ਪੇ, ਹਾਂ ਮੈਂ ਗਏ ਹਾਂ ਅਤੇ ਦੇਖਾ ਮੇਰਾ ਮੀਆਂ ਪੜਾ ਹੋਇਆ, ਪਹਿਲੋਂ ਹਮ ਢੂੰਡ ਰਹੇ ਨਾ, ਉਸਨੇ ਬੇਟਾ ਜਿਹੜਾ ਨਹੀਂ ਮੇਰੇ ਅੱਬੂ ਦਾ ਬੇਟਾ ਸਸੁਰਾਲ ਕਾ ਮਤਲਬ ਬੇਟਾ, ਉਸਨੇ ਭਰੀ ਮਹਿਫਲ 'ਚ ਕਿਹਾ ਲੱਭ ਸਕਦਾ ਲੱਭ ਲਾ ਤੁਹਾਨੂੰ ਮਾਨੀ ਨਾ ਲੱਭਾ, ਉਸੇ ਬੇਟੇ ਨੇ ਕਿਹਾ ਹਮ ਮੁਝੇ ਸ਼ੱਕ ਬਣਿਆ, ਮੈਂ ਕਿਹਾ ਇਸਨੇ ਪਕੜਾ ਹੋਇਆ, ਇਸਨੇ ਬੇਟੇ ਨੇ ਇਸਨੇ ਪਕੜਾ ਹੋਇਆ। ਮੇਰੇ ਭਾਈ ਨੇ ਦੇਖਾ ਦੇਰ ਤੇਰ ਬਦਾਣੇ ਸੀ, ਉਸਕੇ ਸਾਥ ਹੀ ਉਹਦਾ ਅੱਬੂ ਸੀ। ਮੇਰਾ ਭਾਈ ਕਹਿ ਰਿਹਾ ਕਹਿੰਦਾ ਬਾਬੂ ਜੀ ਚਾਚਾ ਤੇਰੇ ਨਾਲ ਸੀ ਸਾਡਾ ਭਰਮਈਆ, ਤੇਰੇ ਨਾਲ ਸੀ ਸਾਡਾ ਭੈਣ, ਤੇਰੇ ਨਾਲ ਸੀ, ਕਹਿੰਦਾ ਮੇਰੇ ਨਾਲ ਹੈਗਾ ਕੋਈ ਨਹੀਂ, ਮੇਰੇ ਨਾਲ ਹੈਗਾ ਕੋਈ ਨਹੀਂ, ਹਮ ਢੂੰਡ ਰਹੇ ਉਹ ਸਮਾਰੇ ਸਾਥ ਸਾਥ ਹੀ ਸਾ, ਮੰਗਲ ਵਾਲੇ ਦਿਨ ਜਾ ਕੇ ਉਸਨੇ ਕਤਲ ਕਰ ਦਿਆ। ਕੋਈ ਔਰ ਬਾਤ ਮਤਲਬ ਜਿਸ ਕੀ ਰੰਜਿਸ਼ ਉਹਨਾਂ ਨੇ ਨਿਕਾਲੀ ਹੋ? ਨਹੀਂ ਕੋਈ ਬਾਤ ਨਹੀਂ ਥੀ, ਬਸ ਯਹੀ ਥੀ। ਅੱਛਾ 20 ਸਾਲ ਕੇ ਤਾਲੁਕ ਪੈਸੇ ਕੀ ਵਜ੍ਹਾ ਸੇ ਖਰਾਬ ਹੁਆ? ਜੀ ਜੀ, ਪੈਸੇ ਆ ਵੀ ਗਏ ਲੇਕਿਨ ਫਿਰ ਵੀ ਮਾਰ ਦਿਆ ਉਹਨੇ। ਅੱਛਾ ਤੇ ਪੈਸੇ ਲੈ ਕੇ ਕਿਉਂ ਮਾਰਾ, ਸਵਾਲ ਇਹ ਪੈਦਾ ਹੋਤਾ ਹੈ। ਯੇ ਮੈਂ ਵੋ ਬਤਾ ਨਹੀਂ ਰਹਾ, ਵੋ ਜੋ ਦੋ ਬੰਦੇ ਪਕੜੇ ਗਏ ਜੋ ਤੀਸਰਾ ਮੁਜਰਮ ਹੈ ਨਾ, ਵੋ ਵੀ ਪਕੜਾ ਨਹੀਂ ਜਾ ਰਹਾ, ਤੋ ਵੋ ਨਾ ਹੀ ਬਤਾ ਰਹੇ ਵੋ ਕਹਾਂ ਪੇ ਉਸਕਾ ਭਾਈ ਹੈ ਜਿਸਕੀ ਸ਼ਾਦੀ ਥੀ, ਵੋ ਨਹੀਂ ਪਕੜਾ ਜਾ ਰਹਾ ਜਿਸਨੇ ਸਾਥ ਮਾਰਾ, ਜਿਸਨੇ ਸਾਥ ਮਾਰਾ ਵੋ ਨਹੀਂ ਪਕੜਾ ਜੀ। ਪੁਲਿਸ ਹਮਾਰੇ ਸਾਥ ਅੱਛਾ ਤਾਵਨ ਕਰ ਰਹੀ ਹੈ ਮਗਰ ਉਸਕੋ ਨਹੀਂ ਪਕੜ ਰਹੀ, ਵੋ ਪਕੜ ਮੇ ਨਹੀਂ ਆ ਰਹਾ। ਨਹੀਂ ਵੋ ਤੋ ਮੁਜਰਮ ਹੈ, ਜ਼ਾਹਿਰ ਹੈ ਉਹਨਾਂ ਨੇ ਕਤਲ ਕੀਆ, ਵੋ ਕਾਤਿਲ ਹੈ, ਜੀ ਜੀ, ਕਿਸੇ ਤੌਰ ਵੀ ਰਿਆਇਤ ਕੇ ਮੁਸਤਹਿਕ ਨਹੀਂ ਹੈ। ਜੀ ਜੀ, ਲੇਕਿਨ ਜਾਨਣਾ ਇਹ ਚਾਹਤੇ ਹੈ ਹਮ ਲੋਗ ਕਿ ਆਖਿਰ ਜਬ ਪੈਸੋ ਕਾ ਤਕਾਜ਼ਾ ਕਰ ਦਿਆ, ਪੈਸੇ ਮਿਲ ਗਏ ਔਰ ਆਪਕੋ ਵੀ ਪਤਾ ਕਿ ਪੈਸੇ ਦੇ ਦੀਏ ਜੀ, ਆਪ ਲੋਗੋ ਪਤਾ ਚਲ ਗਿਆ ਜੀ, ਫਿਰ ਕੌਣ ਸੀ ਐਸੀ ਬਾਤ ਥੀ ਕਿ ਜੋ ਘਰ ਨਾ ਪਤਾ ਚਲ ਜਾਏ, ਜਾਂ ਇਹ ਬਤਾ ਨਾ ਦੇ, ਜਾਂ ਕੋਈ ਔਰ ਰੰਜਿਸ਼, ਜਾਂ ਕੋਈ ਘਰ ਮੇ ਕੋਈ ਔਰ। ਵੋ ਜੋ ਮਜੀਦ ਹੈ ਨਾ ਵੋ ਕਹਿ ਰਹਾ ਮੈਨੇ ਇਸ ਲਈ ਇਸਕੋ ਮਾਰੀ ਹੈ, ਘਰ ਜਾ ਕੇ ਬਤਾ ਦੇਗਾ ਆਪ ਲੋਗ ਮੁਝੇ ਮਾਰ ਦੋਗੇ। ਮੰਗਲ ਵਾਲੇ ਦਿਨ ਕਤਲ ਕੀਆ ਔਰ ਆਪਕੋ ਜੁਮੇ ਕੋ ਮਿਲਾ ਜੀ, ਆਪਕੇ ਖਾਵਿੰਦ ਜੁਮੇ ਕੋ ਆਪਕੋ ਮਿਲਾ ਜੀ, ਜੋ ਕੇ ਮਿਲੇ ਔਰ ਮਾਰਾ ਉਨ ਲੋਗੋ ਨੇ ਕਿ ਜੋ ਆਪਕੇ ਮੂੰਹ ਬੋਲੇ ਰਿਸ਼ਤੇਦਾਰ, ਹਾਂ ਜੀ, ਜੋ ਆਪ ਜਿਨਕੋ ਅੱਬੂ ਕਹਤੇ ਥੇ, ਹਾਂ ਜੀ, ਬਹੁਤ ਪਿਆਰ ਕਰਦੇ ਥੇ, ਮਤਲਬ ਉਹ ਯਕੀਨ ਕਭੀ ਅੱਬੂ ਨੇ ਵੀ ਆਪਕੋ ਚੀਜ਼ੇ ਦੀ, ਕੋਈ ਗਿਫਟ ਦੀਏ, ਕਭੀ ਕੋਈ ਪੈਸੇ ਵਗੈਰਾ ਦੀਏ, ਕੋਈ ਚੀਜ਼ੇ ਘਰ ਭਿਜਵਾਈ, ਕੋਈ ਸ਼ੈ ਆਪ ਲੋਗ ਹੀ ਦੇਤੇ ਥੇ ਬਸ? ਹਾਂ ਜੀ, ਆ ਮੇਰਾ ਮੀਆਂ ਹੀ ਦੇਤਾ ਥਾ, ਮੈਂ ਕੀ ਦੇਤੇ ਥੇ ਆਪ ਲੋਗ? ਮੇਰਾ ਮੀਆਂ ਸਬਜ਼ੀ ਵਗੈਰਾ, ਦੁੱਧ ਵਗੈਰਾ, ਘਿਓ ਵਗੈਰਾ, ਮਤਲਬ ਘਰ ਕੀ ਸਾਰੀ। ਇਹ ਕੀ ਨਾਮ ਹੈ ਜਿਨਕੋ ਆਪ ਅੱਬੂ ਕਹਤੇ ਥੇ, ਕੀ ਨਾਮ ਹੈ ਉਨਕਾ? ਮਜੀਦ। ਮਜੀਦ ਤੋ ਮਜੀਦ ਕੇ ਆਪਣੇ ਬੇਟੇ ਜਾਂ ਭਾਈ ਕੀ ਕਰਦੇ ਥੇ? ਬੇਟੇ ਉਸਕੇ ਮਤਲਬ ਹੈਗੇ ਨੇ ਦੋ ਬੇਟੇ ਨੇ, ਅੰਜਾ ਹੈਗਾ ਤਾਂ 6 ਨੇ, ਇੱਕ ਪਹਿਲੇ ਉਹਦੀ ਬੀਵੀ ਨੇ ਮਤਲਬ ਬੰਦਾ ਕੀਆ ਤਾਂ ਉਹ ਕਤਲ ਕੀਆ, ਇਸਨੇ ਕਤਲ ਕੀਆ, ਇਸਨੇ ਕਤਲ ਕੀਆ, ਹਾਂਜੀ ਇਸਨੇ ਕਤਲ ਕੀਆ, ਇਸਨੇ ਕਤਲ ਕੀਆ, ਫਿਰ ਮੁੜ ਕੇ ਇਹਨੇ ਇਹ ਕੀਤਾ, ਇਹਦੇ 'ਚ ਦੋ ਬੱਚੇ, ਇਸਕੀ ਦੂਸਰੀ ਸ਼ਾਦੀ ਥੀ ਜੀ। ਅੱਛਾ, ਤੋ ਯਾਨੀ ਕਤਲ ਪਹਿਲੇ ਵੀ ਕਰ ਚੁੱਕਾ ਹੈ? ਹਾਂਜੀ। ਤਾਂ ਆਪਕੋ ਸ਼ੱਕ ਨਹੀਂ ਗਿਆ ਕਿ ਇਸਨੇ ਕਤਲ ਕੀਆ ਹੋਗਾ ਪਹਿਲੇ? ਹਾਂ ਮੈਂ ਸ਼ੱਕ ਥਾ, ਵੋ ਇਹ ਮੁਝੇ ਨਹੀਂ ਸ਼ੱਕ ਥਾ, ਮੈਂ ਨਾ ਕਿਉਂ ਕਹਿੰਦੀ ਹਾਂ ਇਹ ਖਿਲਾਉਂਦਾ ਰਿਹਾ ਕਿਤੇ ਸੀ ਕਿ ਹੋ ਗਿਆ ਵਗੈਰਾ, ਰੋਟੀਆਂ ਅਸੀਂ ਖਵਾਉਂਦੇ ਰਹੇ ਮੇਰੇ ਸਾਥ, ਮੇਰਾ ਮੀਆਂ ਰੋਟੀ ਖਵਾਉਂਦੇ ਸੀ ਕਿ ਹਰ ਜਗ੍ਹਾ ਬੁਲਾਉਂਦਾ ਸੀ ਕਿ ਮੇਰਾ ਅੱਬੂ, ਮੈਂ ਕਿਹਾ ਮੈਨੇ ਨਹੀਂ ਮੁਝੇ ਨਹੀਂ ਚੰਗਾ ਲੱਗ ਰਿਹਾ ਤੇਰਾ ਅੱਬੂ, ਮੁਝੇ ਨਹੀਂ ਚੰਗਾ ਲੱਗ ਰਿਹਾ, ਜਬ ਰੋਟੀਆਂ ਖਿਲਾਦਾ ਇਹ ਲੱਗਿਆ, ਮੁਝੇ ਫਿਰ ਵੀ ਨਹੀਂ ਸੀ ਯਕੀਨ ਅੱਬੂ ਨੇ ਕਤਲ ਕੀਆ, ਅੱਬੂ ਨੇ ਕਤਲ ਕੀਆ, ਫਿਰ ਮੁਝੇ ਸ਼ੱਕ ਪਿਆ, ਫਿਰ ਉਸਨੇ ਇਸਨੇ ਉਲਟਾ ਕੇਸ ਦੇ ਦਿਆ, ਇਸੀ ਸੱਸ ਨੇ ਕਿਹਾ, ਇਸੀ ਬੀਬੀ ਨੇ ਕਿਹਾ, ਅਸੀਂ ਐਸੇ ਕਰਕੇ ਕੋਈ ਨਾ ਕੋਈ ਬਿਆਨ ਕੋਈ ਉਲਟੇ, ਫਿਰ ਹਮਨੇ ਪਟਾਈ ਲਗਾਈ, ਪੁਲਿਸ ਨੇ ਤਾਵਨ ਕੀਆ ਸਾਡੇ ਸਾਥ, ਪੁਲਿਸ ਨੇ ਤਾਵਨ ਕੀਆ ਆਪਕੇ ਸਾਥ, ਤਾਵਨ ਕੀਆ, ਬਿਲਕੁਲ ਅੱਛਾ ਤਾਵਨ ਕਰ ਰਹੀ ਹੈ ਪੁਲਿਸ। ਤਾਂ ਕਿੰਨੇ ਦਿਨ ਬਾਅਦ ਪਕੜੇ ਗਏ ਪੁਲਿਸ ਨੇ? ਅਸੀਂ ਉਸੇ ਦਿਨ ਜਦ ਮੇਰੇ ਮੀਆਂ ਕੀ ਡੈਡ ਬਾਡੀ ਮਿਲੀ ਸੀ, ਉਸੇ ਦਿਨ ਰਾਤ ਦੇ 12 ਵਜੇ ਅਸੀਂ ਪਕੜਾ ਦਿਆ ਥਾ, ਉਹ ਨੱਠ ਰਿਹਾ ਸਾ, ਉਸਕੀ ਜਿਹੜੀ ਮਾਨੀ ਕੀ ਸਾਥ ਮਾਂ ਹੈ ਨਾ, ਉਸਨੇ ਅੰਦਰ ਕੈਦ ਕੀਆ ਥਾ, ਉਸਨੇ ਕਿਹਾ ਜਦ ਤੂੰ ਮਾਰਾ ਨਹੀਂ ਤਾਂ ਮਜੀਦ ਕੀ ਬੀਵੀ ਨੇ ਕੈਦ ਕਰ ਦਿਆ, ਹਾਂਜੀ, ਕਹਿੰਦੀ ਜਦ ਤੂੰ ਮਾਰਾ ਨਹੀਂ ਤੈਨੂੰ ਡਰ ਕਾਹਦਾ ਵੇ, ਮਾਰ ਕੇ ਫਿਰ ਉਸਨੇ ਦਫਨ ਕਰ ਦਿਆ ਦਰਿਆ ਕੇ ਅੰਦਰ ਹੀ, ਟੋਇਆ ਨਿਕਾਲ ਕੇ ਦਫਨ ਕੀਆ, ਫਿਰ ਜੁਮੇ ਵਾਲੇ ਦਿਨ ਨਿਕਾਲ ਕੇ ਪੈਲੀਓ ਮੇ ਫੈਂਕ ਗਿਆ, ਬਾਹਰ ਫੈਂਕ ਦਿਆ, ਪੈਰੀ ਫੈਂਕ ਗਿਆ, ਪੈਲੀਓ ਮੇ ਫੈਂਕ ਗਿਆ, ਕਿਸੀ ਔਰਤ ਨੇ ਦੇਖਿਆ, ਉਸਨੇ ਸਾਥ ਵਾਲੀ ਪੈਲੀ ਵਾਲੇ ਕੋ ਬਤਾਇਆ, ਉਸਨੇ ਪੁਲਿਸ ਕੋ ਫੋਨ ਕਰਕੇ ਬੁਲਾਇਆ, ਉਹਨਾਂ ਨੇ ਤੋੜਾ ਆ ਕੇ ਕਾਟਾ ਦੇਖਾ ਕਿ ਲਾਸ਼ ਹੈ, ਉਹਨਾਂ ਨੇ ਸਾਬਣ ਵਾਲੇ ਕੋ ਫੋਨ ਕੀਆ ਭਾਈ ਜਵੇਦ ਕੋ ਕਿ ਤੁਹਾਡੇ ਡਰਾਈਵਰ ਕੀ ਲਾਸ਼ ਯਾਂਬੇ ਪੈਲੀਓ ਮੇ ਪੜੀ ਹੈ, ਤੋ ਇਹਨਾਂ ਨੇ ਘਰ ਫੋਨ ਕੀਆ ਜੀ, ਜਬ ਹਮੇ ਪਤਾ ਚਲਾ ਹਮ ਲੋਕ ਸਾਰੇ ਵਹਾਂ ਪੇ ਗਏ ਤੋ ਵਹਾਂ ਪੇ ਪੜੀ ਥੀ ਲਾਸ਼। ناظرین ملزم گرفتار ہے، تفتیش ابھی بھی جاری ہے اور پولیس نے جو ہے وہ بہت جلد ملزموں کو گرفتار کیا اور اس کے بعد اب فیملی کا بھی یہ کہنا ہے کہ پولیس نے ان کے ساتھ تعاون کیا اور پولیس ابھی بھی تعاون کر رہی ہے اور اس کو اب کیفر کردار تک پہنچانا جو ہے وہ ظاہر ہے تفتیش کی پرتیں جیسے جیسے کھلتی گئیں اور عدالت تک ثبوت پہنچے تو یقیناً انصاف جو ہے وہ نہیں ملے گا، لیکن اب وہ ملزم جو ہے وہ حوالات کے پیچھے ہے۔ حاجی مقصود صاحب تفتیشی انچارج ہمارے ساتھ موجود ہیں جنہوں نے اس معاملے کی تفتیش کی اور ملزم بھی گرفتار ہوا۔ السلام علیکم سر۔ وعلیکم السلام۔ یہ معاملہ ہوا کیسے؟ اس میں جو یہ مجید نام کا شخص ہے جو ان کا ابو بنا ہوا تھا، وہ اپنے اعتماد کی وجہ سے اس کو ساتھ لے کر گیا اور وہاں پر سارا واقعہ ہوا؟ یہ ایسے جب
تفتیش شروع ہوئی ہے نا، ہمارے پاس تفتیش آئی ہے، اس کے حالات ایسے ہیں، یہ وقوع سے 2-3 دن قبل یہ مجید نامی شخص ہے جو ان سارے خاندان کا ابو بنا ہوا تھا، جو مقتول ہے اس کا بھی والد تھا، اور جو مقتول کی بیوی ہے وہ بھی اسے ابو کہتے تھے، مقتول کے بھائی بھی اسے ابو کہتے تھے، اور یہ شخص نزدیک نزدیک آپس میں ان کی کافی ریلیشن ہے، اور اس نے ہی اس کی شادی کروائی تھی پہلی بھی، اور بعد میں بھی ایک دو شادیاں اس نے ہی کروائی ہیں، اعتماد تھا عرفان کی، عرفان کی. یہ 7 تاریخ کو ان کے بقول یہ ہے کہ اس کا ایک بھائی بولا جو کرول پنڈ میں رہتا ہے، اس نے اس کے ساتھ پلاننگ کی کہ کسی کو ایسے کرو، کوئی بندہ میرے پاس لاؤ جس کے پاس پیسے ہوں. اس نے کہا یار میرے پاس تو نہیں. اس نے کہا جی آپ کے ساتھ جو آپ کو ابو کہتا ہے وہ ہے، اس کا رکشہ ہے، وہ ہم لے لیتے ہیں، وہ فروخت کر کے اس کی قیمت لے لیں گے. اور اس نے ایسا ہی کیا. 8 تاریخ کو وہ اس کو ساتھ لے گیا دشادرہ ٹاؤن سے کہ بیٹا آیا ہم چلتے ہیں. اس نے کہا ابو کدھر جانا ہے؟ اور چلتے ہیں آپ کو میں کہیں آپ کا رشتہ کراتا ہوں، آپ کی شادی کرواتا ہوں، کیونکہ اس کی 2-3 شادیاں پہلے بھی تھیں نا، وہ بھی اس نے کروائی، وہ بھی پہلے اس نے کروائی تھی اور وہ چھوڑ دیں بعد میں، ابھی تو ایک ہی بیوی ہے نا. اس کے لالچ میں آگے میں وہ بھی چلا گیا. اس نے رکشہ رات کو تقریباً 7 بجے شام وہ رکشہ لیا اور گیا ادھر ریلوے لائن کراس کی، آگے پل کراس کیا، کھوکھر ٹاؤن، کرول پنڈ، اور اس کے بعد وہ چلا گیا اور رات کو دریا کے نزدیک یہ لے گئے پلاننگ کے تحت. اور مجید اور اس کا بھائی جو بولا ہے انہوں نے مقتول کو، عرفان کو ادھر ہی مار دیا بیلچوں کے ساتھ، بیلچے مارتے رہے. فیملی کا موقف آپ نے جان لیا کہ ان کا کہنا ہے کہ پیسے مانگے گئے تھے اور پیسوں کی وجہ سے جو ہے وہ اس کو قتل کیا گیا. یہ فیملی کا موقف ہے. اور ان کا کہنا ہے کہ مجید جو اس کے ابو بنے ہوئے تھے اور منہ بولے ابو تھے اور رشتہ داری کافی زیادہ تھی، آنا جانا تھا، ٹرسٹ کافی زیادہ تھا اور اعتماد کو ہی ٹھیس جو ہے وہ پہنچائی انہوں نے. یہاں پر مجید جو ہے وہ گرفتار ہے پولیس کی حراست میں. مجید نام ہے آپ کا؟ ہاں جی مجید میرا نام ہے. مجید کیا کام کرتے ہیں؟ میں ٹرالی ٹریکٹر چلانا ہوں. ٹرالی ٹریکٹر. تو یہ عرفان سے کب سے تعلق ہے آپ کا؟ یہ چھوٹا ہونا بچہ میرا بنے سے. تو اڈا بچہ بنے؟ ہاں جی. تو بچے نہیں مارتا؟ نہیں جی میں نہیں مارا، میرے بھرا نے مارے. تسی نال سی؟ نال میرے نال گیا سی. وہ جی تھوڑے سامنے مارے؟ میرے سامنے مارے. کیویں مارے؟ بیلچے نال مارے جی. تسی چھڑایا نہیں؟ میں بھج گیا گاں، اجرا انہوں نے مار چھڑیا سی. تسی ایک موٹر سائیکل تے گئے سارے؟ نہیں جی رکشے تھے. مطلب یہ سارا معاملہ پیسوں یا رکشے کے لیے ہوا؟ رکشے کے لیے. رکشے کے ان کو رکشہ چاہیے تھا؟ رکشہ چاہیے تھا اس کے بھائی کو. اس کے بھائی کو. اور پلاننگ میں یہ لوگ شامل تھے؟ شامل تھے ہاں جی. اور اس نے جب ان کو مار دیا اور ساتھ ہی دریا میں ان کی ڈیڈ باڈی 8 تاریخ کو انہوں نے دفن کر دی رات کو. رات 11 بجے کا بتا رہے ہیں؟ رات 11 بجے. جب اگلے دن 9 تاریخ کو شور ڈل گیا عرفان کدھر ہے، وہ کسی نے بتایا کہ وہ اس کا بیٹا بنا ہوا تھا، ہو سکتا ہے اس کو پتا ہو جی. لیکن اس نے کہا جی مجھے نہیں پتا. یہ بھی ان کے ساتھ ڈھونڈنے میں لگ گیا. 9 تاریخ کو ڈھونڈتے رہے، 10 کو بھی ڈھونڈتے رہے. 10 کو اس نے اپنے بھائی سے پلاننگ کی کہ وہ جو ڈیڈ باڈی ہم نے دریا کے نزدیک دفن کی ہے عرفان کی، اس کو کیوں نہ ہم ان کے گھروں کے قریب نزدیک پھینک دیں تاکہ مل جائے اور تسلی ہو جائے، ہمارے پاس بھی کوئی بات نہ آئے. 10 تاریخ کو رات قریب 11-12 بجے انہوں نے ڈیڈ باڈی ادھر سے اکھاڑی، اس کو بوریوں میں بند کیا، اور یہ ساتھ ہی دریا راوی کی جو ہوتی ہے ٹی کے ساتھ پھینک آئے. گھر بھی ادھر نزدیک تھے. صبح ہوتے ہی جب 10-11 بج گیا وہ شور ڈل گیا اور خود ہی سب سے پہلے اس کی بیوہ کو ادھر لے گیا موٹر سائیکل پر بٹھا کر. اوہ بھائی ڈیڈ باڈی یہ مل گئی ہے جی، اس کی ہے جی. وہ ہمیں بھی پتہ چلا، ہم بھی موقع پر پہنچے. آپ کو پتہ ہے جی تمام تر تقریباً 70% جو ہوتا ہے نا شہادتیں وہ موقع پر ہوتی موقع پہ ہوتی ہیں. جائے وقوع بتاتا ہے کہ کیا ہوا ہے، باقی 30% شہادتیں دیگر ہوتی ہیں جی. ہم نے موقع دیکھا اور ان کی چال ڈال دیکھی اور ان کا آنا جانا، ان کے باقی سارے معاملہ جو موبائل وغیرہ اور سب وہ دیکھے. جب ڈیڈ باڈی بوری بند ناش ملی تو
आपको पता है कितना शोर डलता है। बिल्कुल ऐसे है। हमारे डीआई साहब ने भी स्पेशल हुक्म दिया और एसएसपी साहब ने हमारे एसपी साहब नवीद इरशाद साहब की सरबराही में हमारी टीम बनाई। हमने इसको दिन रात एक करके इनकी सारी लोकेशन लेकर और वो सारा सीसीटीवी कैमरों की मदद से, सेफ सिटी कैमरों की मदद से इनको आते इनको जाते तमाम मूवमेंट देखी। हाँ जी, और अल्लाह की जात ने हमारी मदद की और ये बंदा गिरफ्तार कर लिया। वो काम करता है जी, अपना बच्चियाँ निकाह करता है, रिश्ते करके तो घर लै आता सी। उन्हें मैं आख्या तेरा विह करना तो आ टुर चलीए नाल। उन्हें कहा ठीक है अबू चलने। वह नाल गया, मेरे नाल गया, अगे जा के भरा भी मिले। भरा ने मुलाकात हुई, भरा ने बेल जहाज फड़िया से उन्हें थले लाडे भरा ने हाँ थले ला के लै गया। थले जाके तो उन्होंने फिर अगे जा के बेल जा मारे धोन दे डिग पिया। उत गल घुट के मार छड़िया उन्हें नाल। मैं भज के गांह होया तो उन्हें उछरन मार छड़िया। नहीं सर जी, मैं गल सीधी करना पिया। वो गया है ना पैसों वास्ते नाल। मैं उन्होंने आख्या मैं विह करना तो पैसे है नहीं कोल। आंदा नहीं अबू मेरा आके दे देंगा पैसे। मैं चलो ठीक है। वो उसे भरा नाल ला के तो मुड़ के उन्हें बेलजे नाल मार छड़िया। उन्होंने मारन तो फौरी फिर मैं आख लगा भा रक्षे तो पाइए तो उसे सट दीए। मैं नहीं रक्षे रहन दे इतें ही मोटरसाइकिल लाया। उन्हें फिर मोटरसाइकिल यार दोस्त की बुलाई वो तो खड़ के दरावी के ना पाए जा दिहाड़ी लाई कम ते अगो बुध आले दिन दिहाड़ी ला के वापस आया घर। ये लभदे सारे मैनू पुछया ने। मैं चलो मैं भी लभना बार अंदर वेहने। हां जी बाहर अंदर निकल के वेखने कितने करके वे तो कितने नहीं तो लब जाएगा शायद कित गड्डी पुरगड़ी फड़ी गई हो। चलो लब जाएगा तसली दी तसली दी। अच्छा मैं फिर जुम्मे रात में छुट्टी कर ली काम तो मैं खोना गया। मैं फिर भाइयों ने शाम मिले जाके मैं यार उन्होंने लाश में पट के ना तो उधर परले पास सड़ दीए। कभी कोई इस इलाके में लड़ाई वगैरह भी नहीं? किसी से लड़ाई नहीं हुई कभी नहीं, मैंने देखी नहीं कभी लड़ाई। वो तो बहुत अच्छा इंसान था, किसी से वो उसने कभी लड़ाई की नहीं है। कभी लड़ाई नहीं हुई? नहीं कभी लड़ाई। तो ये जो मजीद है, मजीद तो पहले पर्चा है कोई एफआईआर? नहीं मुझे इसका नहीं पता। मैंने तो पहले किराया पे किरायेदार है। किरायेदार है। अच्छा, यहाँ का रिहायशी नहीं? रिहायशी नहीं है। तो ये ताल्लुक तो कह रहे हैं कि 20 साल से इनका आपस में। पहले उर्के में रहता था, अब इधर आया था। कौन सी क्लास में हो? थ्री में। तो जब पापा गए आपको पता था शाम को गए थे वो यहाँ से? यस शाम को गए थे। तो इस लोगों का तो कर लिया, अब मेरे पास नहीं साफ चाहिए। इस लोग पूछे क्यों मारा हमारे पापा को? हमें बस हमें इंसाफ चाहिए। हमारे जैसे इन्होंने हमारे पापा को मारा हमने भी वैसे इन्हों को मारना, बस हमें इंसाफ चाहिए। मैं रात नूं गया वा तो उन्हें पट गया थे। किस टाइम गए? रात नूं? रात नूं 11 बजे गए। 11 बजे रावी दे विच चले गए। हां जी। अच्छा 11 बजे जाके उन लाश नूं पट गए, तोड़े जे पा के मोटरसाइकिल बन के भाइये नूं दस्या तो लै के तो उत्थे सट आया जाके। किथे सट्टी फिर? पुलो पार था। अच्छा पुलो पार छदरे वाली साइड ते। अच्छा उत्थे सट के वापसी आ गया, चला गया घर अपने वापस। मैं अपने घर चला गया। ते मुतमईन होके सो गए? हां जी। ते फिर सुबह? सुबह फिर जुमे दा दिन आ गया। जुमे वाले दिन फिर नमाज पढ़ने गया वा। मैं जुमा पढ़ के आया वा तो पता लग गई लाश लभ गई। लाश लभ गई है, सारी दुनिया टुर गई। उत्थे अस भी चले गए, उत्थे जाके पता नहीं वा लिया। चलो ठीक है जी। मतलब धोखा दिता, पता नहीं वा की लिया? हाँ जी तसलियां दी थी, झूठियां। हाँ जी। तो वो अपना मैनू आख्या तू मारिया। मैं आख्या मैं नसया नहीं है, मैं इतनी हाँ तुहाडे कोल। जब मैं मारिया गया मैं तुहाडे कोल ही हाँ। ठीक है चलो जी। रात पई है वह लैके टुर गए ने, अभी घर सुते हैं। सानू रिट पई है तो अभी फड़े गए। अच्छा यह दसो कि तुसी अबू बने सी? हाँ जी मैं अबू बने। प्यो अपने पुत्र नु मारदा? नहीं जी मारदा। मरवांदा? नहीं जी। मरदिया वेख सकता? नहीं जी। तो तुसी ते सामने अपने मरदिया वेख्या? बस जी
ਕੀ ਕਹਿ ਸਕਦੇ ਹਾਂ ਅਸੀਂ ਹੁਣ ਨਹੀਂ ਕੀ ਕੀ ਕਿਹਾ 20 ਸਾਲ ਦਾ ਤਾਲੁਕ ਹੈ ਤੁਹਾਡਾ ਆ 17-18 ਸਾਲ ਦਾ ਤਾਲੁਕ ਹੈ 17-18 ਸਾਲ ਪਹਿਲੇ ਕਤਲ ਹੋਰ ਵੀ ਕੀਤਾ ਨਹੀਂ ਜੀ ਕੋਈ ਨਹੀਂ ਤੁਹਾਡੀ ਪਹਿਲੀ ਬੇਗਮ ਦੋ ਸ਼ਾਦੀਆਂ ਕੀਤੀਆਂ ਹਾਂਜੀ ਪਹਿਲੀ ਬੇਗਮ ਦੇ ਹਸਬੈਂਡ ਨੂੰ ਵੀ ਤੁਸੀਂ ਮਾਰਿਆ ਨਹੀਂ ਜੀ ਮੈਂ ਕਿਸੇ ਨੂੰ ਨਹੀਂ ਮਾਰਿਆ ਫਿਰ ਇਲਜ਼ਾਮ ਕਿਉਂ ਲਾ ਰਹੇ ਨਹੀਂ ਜੀ ਕੋਈ ਨਹੀਂ ਮਾਰਿਆ ਕਿਸੇ ਨੂੰ ਨਹੀਂ ਮਾਰਿਆ ਮੈਂ